महीना दसवां त्रेई साल जिला तहसील गुजरात पिंड जितियाल चेचिया पेशाब गुजर की वीडियो जानवर ने दस जेडे इत्थे मौजूद ने जेडे विक गए ने वह पता कर लेंगे बाकी जो दसे खड़े ने तो दसा का रेट सुन लेना सारे भरावान की मेहरबानी मुहब्बत का शुक्रिया जिथे भी वसते हो गए शाह आबाद रहो अल्लाह पाक जो डा भावे नासर है और अल्लाह पाक दी बारगाह विच आज जुमा है जुमा भी अदा करो ते दुआवां भी करो खसूसी अपने मुल्क वास्ते भी कौमी टीम नूं अल्लाह पाक हिम्मत दे इत्तेफाक दे के पूरी कौम पाकिस्तान दे जिहड़े ने ना हौसले ये बुलंद करन जवान अल्लाह पाक उन्होंने फतिया दे ते दूसरे नंबर ते बिन खसूस अल्लाह पाक तुहानू ही मंदे दुआ जरूर करदी है फलस्तीन वास्ते तीन चार बारी मैं कहा बिन खसूस जितने वो सोशल मीडिया के उत्ते जिहड़ियां वीडियो वायरल होईयां ने ना ते वेखण ते दिल नहीं करदा मासूम बच्चे जिहड़े मलबे थलियों निकलते ने पे दो दो हफ्ते दे तीन तीन हफ्ते दे डेढ़ डेढ़ हफ्ते दे अल्लाह पाक उन्होंने अपने हबीब नबी पाक सल्लल्लाहु अलैहि वसल्लम दा सदका अल्लाह पाक उन्होंने खुसूसी कर्म करे और उन्होंने इस परेशानी तकलीफ की अल्लाह पाक महफूज रखे बचाए ये दुआ जरूर करनी है सारे भरावान की अगे रिक्वेस्ट है मुहब्बत चाहत लगन है अल्लाह पाक को खुश रखे वीडियो शुरू कर लगे जानवर देखने और जानवर चार पांच जने ने ना वो तुसी देख रहे तबीयत खुश हुई तो माशाल्लाह का कमेंट्स कर दियो अल्लाह पाक को सारे खुश रखे आ भाई गुजरा वीडियो शुरू करिए जानवर बखाइए अस्सलाम वालेकुम हाँ जी गुजरा जो जानवर विके ने पिछली वीडियो वाले या हूं जो विके ने कितने कितने गए ने कोई याद है कोई पता नहीं पिछली वीडियो वाले देखो नहीं याद अच्छा ठीक है बकाया जेडे आज विके ने दो जानवर विके वो कितने गए ने एक मान के ये पिंडी पटियां ठीक है बशीर का नाम है भाई का पिंडी पटियां ठीक है एक मान के ये डसके के नाल रंजाई पे रंजाई अच्छा अशरफ नाम है बंदे का अशरफ ते आज साहब दो भाई मजा आना ਅਨੋਖੀਆਂ ਜਿਹੀਆਂ ਮਜ਼ਾ ਹੈਗੀਆਂ ਜਿਹੜੀਆਂ ਰਹਿ ਗਏ ਨੇ ਤੇ ਬਕਾਇਆ ਤੇ ਭਰਾਵਾਂ ਨੂੰ ਮਹਾਨੇ ਆ ਗੱਲਾਂ ਜਾਂ ਤਰੀਫਾਂ ਤਾਂ ਕੋਈ ਵੀ ਨਹੀਂ ਬਣਦਾ ਮਜ਼ਾ ਸਾਹਮਣੇ ਆਉਣ ਨਹੀਂ ਆ ਭਰਾ ਫੈਸਲਾ ਕਰਨਾ ਤੇ ਨਾਲੇ ਕਿਹੜਾ ਧਾਰ ਆਉਂਦੀ ਨਹੀਂ ਭਾਈ ਸਾਹਿਬ ਦਾ ਨਗਦ ਲਿਆਉਣਾ ਧਾਰ ਜਾਂ ਨਗਦ ਦੀ ਗੱਲ ਹੈ ਕਿ ਜਿਹੜਾ ਜਿੱਥੇ ਵੀ ਹੈ ਨਾ ਉਹ ਆਪਣੇ ਕੰਮ ਠੀਕ ਕਰਦਾ ਲੇਕਿਨ ਕੋਈ ਵੀ ਗੱਲ ਉਹ ਬਾਅਦ ਵਿੱਚ ਕਹਿ ਕੇ ਕਰਨੀ ਚਾਹੀਦੀ ਜੀ ਯਾਰ ਆਪ ਹੀ ਬਾਹਰ ਦੀ ਕਰਨੀ ਚਾਹੀਦੀ ਇਹੀ ਗੱਲ ਤੇ ਜੇ ਉਹਨੇ ਗਰੰਟੀਆਂ ਫਾੜ ਕੇ ਬੰਦਾ ਪਿਆ ਦੇ ਆਈ ਸਾਹਿਬ ਪਤਾ ਜੀ ਕੀ ਗੱਲ ਹੈ ਮੈਂ ਗੱਲ ਦੱਸਣਾ ਸਾਰੇ ਭਰਾ ਨੇ ਮੇਰੀ ਗੱਲ ਦਾ ਜੇ ਕਿਸੇ ਨੂੰ ਬੁਰਾ ਲੱਗੇ ਤਾਂ ਮੈਂ ਪਹਿਲਾਂ ਮਾਫ਼ ਕਰ ਲੈਣਾ ਠੀਕ ਹੈ ਉਹ ਜਸ ਨਹੀਂ ਆਈ ਸਾਹਿਬ ਹੁੰਦੀ ਕਿ ਜੇ ਮੱਝਾਂ 10 ਆਉਂਦੀਆਂ ਤੇ ਇੱਥੇ 12 ਬੰਦੇ ਲੈਣ ਵਾਲੇ ਬੈਠੇ ਹੋਣ ਜਾ ਰਾਜ਼ੀਆਂ ਤੇਰੇ ਤੇ ਪਤਾ ਤੇ ਲੱਗਿਆ ਨਾ ਉਹ ਗੱਲਾਂ ਉਹਨਾਂ ਮਾਲ ਦਾ ਉਸ ਵੇਚਣ ਦਾ ਉਸ ਉਹ ਕੰਫੀਡੈਂਸ ਕੋ ਨਹੀਂ ਕੋਈ ਠੀਕ ਉਹਦਾ ਕੋਈ ਫਾਇਦਾ ਨਹੀਂ ਜੇ ਸਾਈਂ ਸਿਰ ਤੇ ਬੈਠੇ ਨੇ ਜਾ ਆਈ ਸਾਹਿਬ ਅੱਲਾਹ ਪਾਕ ਦਾ ਸ਼ੁਕਰ ਹੈ ਅੱਲਾਹ ਤਾਲਾ ਦੀ ਜ਼ਾਤ ਹੈ ਇੱਜ਼ਤ ਵੀ ਦੇਣ ਵਾਲੀ ਤੇ ਜ਼ਿਲਤ ਵੀ ਦੇਣ ਵਾਲੀ ਬੇਸ਼ੱਕ ਠੀਕ ਹੈ ਮਾਲ ਅਸੀਂ ਵੀ ਲੈਂਦੇ ਦੇ ਨਹੀਂ ਰਹਿੰਦੇ ਆ ਲੇਕਿਨ ਗੱਲ ਉਹਨੀ ਕਰਨੀ ਚਾਹੀਦੀ ਹੈ ਬੰਦਾ ਜਿੰਨੇ ਯੋਗਾ ਹੋਵੇ ਪੂਰਾ ਕਰੀਏ ਸ਼ੁਰੂ ਕਰੋ ਲਿਆਓ ਜੀ ਪੁੱਤਰ ਆ ਮੰਦ ਅਲੀ ਲਿਆਓ ਬੱਚਿਆ ਸ਼ਬਾਬ ਅਲੀ ਲਿਆਓ ਜੀ ਮਾਹਰ ਬਰੀਕ ਹਾਂ ਜੀ ਆਈ ਸਾਹਿਬ ਇਹ ਕੱਟੀ ਹੈ ਝੋਟੀ ਦੀ ਜੀ ਜੀ ਤੇ ਪਹਿਲਾ ਸੁਆ ਲਾਇਆ ਝੋਟੀ ਪਹਿਲਾ ਸੁਆ ਲਾਇਆ ਝੋਟੀ ਨੇ ਮਗਰ ਬੱਚਾ ਕੱਟੀ ਅੱਲਾ ਕਹਿ ਕੇ ਸੁਬਾ ਪਹਿਲਾ ਮੂੰਹ ਦੀ ਕੀ ਹੈ ਜਵਾਨਾ ਆਈ ਸਾਹਿਬ ਛੇਤੀ ਮੂੰਹ ਦੀ ਜੇ ਪਤਲਾ ਇਹ ਕਿਸਾ ਪਰਸੂ ਦੀ ਸੂਈ ਹੈ ਦੇਖੀ ਠੀਕ ਹੈ ਉਹਦੀ ਪਾਰ ਥੱਲੇ ਹੋ ਗਈ ਮਾਰ ਪਰਸੂ ਦੀ ਸੂਈ ਹੈ ਜੀ ਠੀਕ ਹੈ ਤੇ ਬਕਾਇਆ
ਜਿਕਰ ਦਾ ਥਾਣੇ ਚ ਵਾਸ਼ ਆ ਕਿਸ ਤਰ੍ਹਾਂ ਭਾਈ ਸਾਹਿਬ ਜਿਹੜਾ ਬੰਦਾ ਥੱਲੇ ਬੋਵੇਗਾ ਨਾ ਅੱਲਾ ਦੇ ਹੁਕਮ ਨਾਲ ਰਾਜ਼ੀ ਕਰਕੇ ਠਾਏ ਜੀ ਪਰਸੋਂ ਦੀ ਸੁਣੀ ਝੋਟੀ ਕੋਲ ਨਾ ਭਾਈ ਸਾਹਿਬ ਜੀ ਜੀ ਹੁਣ ਵੀ ਬੋਲਾ ਬੋਲਾ ਜਿਹੜਾ ਨਾ ਉਹ 11 ਸਾਲ ਹੋ ਗਿਆ ਅਸੀਂ 10 ਸ਼ੇਅਰ ਦੀ ਗਰੰਟੀ ਦਿਆਂਗੇ 10 ਸ਼ੇਅਰ ਦੀ ਗਰੰਟੀ ਮਗਰ ਕੱਟੀ ਕੱਟੀ ਨੂੰ ਥਣ ਪਿਆ ਕੇ ਤੇ ਜ਼ਰਾ ਭਾਈ ਸਾਹਿਬ ਝੋਟੀ ਸੋਹਣਾ ਜੀ ਸ਼ਕਲ ਵਹਾ ਮੁੜਿਆ ਮਾਜ ਦੀ ਬਿਸਮਿਲਲਾ ਕਰਕੇ ਸੋਹਣਾ ਜਿਹਾ ਨਾਂ ਧਾਰ ਜਵਾਨਾ ਤੂੰ ਵੀ ਭਾਈ ਸਾਹਿਬ ਨਾ ਇੰਜ ਦੇ ਘਰਾਂ ਦੇ ਜਿਹੜਾ ਭਰਾ ਡੰਗਰ ਵੇਖੇਦਾ ਜਾਂ ਡੰਗਰ ਲਏਦਾ ਨਾ ਉਹਨੂੰ ਆਲੇ ਦੁਆਲੇ ਵਾਲੇ ਬੰਦੇ ਵੀ ਕਹਿਣਗੇ ਵਾਕਈ ਤੂੰ ਕਿਸੇ ਬੰਦੇ ਕੋਲ ਗਿਆ ਕਿਸੇ ਖੱਚ ਕੋਲ ਨਹੀਂ ਗਿਆ ਜੀ ਜਿਹੜੇ ਭਰਾ ਨੂੰ ਭਾਈ ਸਾਹਿਬ ਪਸੰਦ ਆਈ ਨਾ ਝੋਟੀ ਜੀ ਜੀ 3,15,000 ਦੀ ਝੋਟੀ ਦੇ ਦੇਣਾ 3,00,000 15,000 3,15,000 ਦੀ ਮਾਜ ਨੰਬਰ 1 ਲੈ ਆਓ ਜੀ ਅਗੇ ਮਾਜ ਨੰਬਰ 2 10 ਮਹੀਨਿਆਂ ਦੇ ਆਏ ਜੀ ਕੀ ਹੋ ਗਿਆ ਤਾਰੀਖ 27 ਹੈ ਮਹੀਨਾ 10ਵਾਂ 2023 ਦਾ ਆਈ ਆਵਾਜ਼ੀਆਂ ਦੇ ਰਹੇ ਜਵਾਨਾਂ ਝੋਟੀ ਨੰਬਰ 2 ਫਿਰ ਪਹਿਲਾਂ ਆਈ ਸਰ ਝੋਟੀ ਮੂੰਹ ਦੀ ਠੀਕ ਹੈ ਮੂੰਹ ਦੀ ਝੋਟੀ ਮਗਰ ਕੱਟੀ ਆਈ ਸਰ ਪਿੱਛੇ ਕੱਟੀ ਹਾਏ ਤੇ ਮੰਗਲਵਾਰ ਵਾਲੇ ਦਿਹਾੜੇ ਦੀ ਝੋਟੀ ਸਹੀ ਜੇ ਮਗਰ ਕੱਟੀ ਆਈ ਸਾਹਿਬ ਅੱਲਾ ਦੇ ਹੁਕਮ ਨਾਲ ਅੱਲਾ ਦਾ ਮੈਂ ਅੱਲਾ ਨੇ ਤੇ ਚਾਹਿਆ ਨਾ ਹਾਂ ਇਹ ਝੋਟੀ ਮੰਗਲਵਾਰ ਵਾਲੇ ਦਿਹਾੜੇ ਦੀ ਸੂਈ ਤੇ ਪਰ ਜੇ ਰਾਤ ਸ਼ਾਮ ਤੂੰ ਸਾਫ ਹੋ ਜਾਏ ਨਾ ਜਦੋਂ ਜੀ ਜੀ ਤੇ ਮੰਨੂ ਮੀਂਹ ਦੇ ਕੇ ਤ੍ਰੀਜਣਾ ਮੱਜਾਂ ਨੂੰ ਕਿਦੂ ਤੂੰ ਕੱਟ ਜੇ ਦੋਰਾ ਥਾਣਾ ਲੱਗਿਆ ਝੋਟੀ ਨੂੰ ਬਾਈ ਤੇ ਇੱਕ ਵਾਰੀ ਤੇ ਸਿਰ ਵੀ ਸੋਹਣਾ ਲੱਗਿਆ ਤੇ ਆ ਜਿਹੜੀ ਬੱਕਰੀ ਹੈ ਨਾ ਇਹਦੇ ਵਿੱਚ ਬੰਦੇ ਪਤਾ ਕੀ ਆ ਦੇ ਹੈ ਭਰਾ ਜਾ ਕਹਿੰਦੇ ਡੱਬੀ ਧਾਰ ਲਓ ਓਏ ਆਈ ਸਾਹਿਬ ਜੋ ਦਿਲ ਨੇ ਪੇ ਧਾਰਨ ਠੀਕ ਹੈ ਚਾਰ ਦੰਦ ਆਈ ਸਾਹਿਬ ਮੂੰਹ ਵਿੱਚ ਲਾ ਕੇ ਫਿਰ ਯਾਰ ਆਦੀਆਂ ਤੇ ਇਹਦੇ ਵੀਰਾ ਜੀਂਦਾ ਰਹੋ ਤੇ ਜੀਂਦਾ ਰਹੋ ਤੇ ਸ਼ੋਕ ਕਰਾਂਦਾ ਰਹੋ ਤੇ ਇੰਨੇ ਦਾ ਮਾਨ ਲਿਆਂਦਾ ਰਹੋ ਆਈ ਸਾਹਿਬ ਗੱਲਾਂ ਦੋ ਤਰੇ ਨੇ ਜੀ ਮਗਰ ਕੱਟੀ ਆਈ ਸਾਹਿਬ ਤੇ ਕਿੰਨੀਆਂ ਧਾਰਾਂ ਨੇ ਮੰਗਲਵਾਰ ਦੀ ਸੂਈ ਝੋਟੀ ਕੋਲ ਨਾ ਜੀ ਜੀ ਬੋਲਾ ਜਿਹੜਾ 12 ਕਿਲੋ ਹੋਵੇਗਾ ਅਸੀਂ 11 ਦੀ ਗਰੰਟੀ ਦੇਵਾਂਗੇ 11 ਕਿਲੋ ਦੀ ਗਰੰਟੀ ਹੋਵੇਗੀ ਦੋ ਅੱਡਿਆਂ ਦੀ ਮੈਂ ਕਹਿੰਦਾ ਇਨਸ਼ਾਅੱਲਾ ਤਾਲਾ ਆਈ ਸਾਹਿਬ ਤੇ ਫਿਰ ਜਿਹੜੇ ਇਹਨਾਂ ਝੋਟੀਆਂ ਦਾ ਮੈਂ ਮੁੱਲ ਲਾ ਲਵਾਂਗਾ ਨਾ ਜੀ ਜੀ ਕੱਟੀ ਬਹਰਾਲ ਇੱਕ ਗੱਲ ਹੈ ਆਈ ਸਾਹਿਬ ਉਹ ਕੰਮ ਨੀ ਹੈ ਵਾ 8 ਪੈਰ ਬੋਲੀ ਨੀ ਝੋਟੀ ਜੀ ਜੀ ਮੈਂ ਜਿਸ ਟਾਈਮ ਵੀ ਮੇਰੀ ਮਾਜ ਹੋਵੇ ਨਾ ਮੈਂ ਠੀਕ ਕਿੰਨੀਆਂ ਮਿੰਟਾਂ ਬਾਅਦ ਬੋਲੀ ਕੱਢ ਸਕਦੀ ਹਾਂ ਜੀ ਜੇ ਬਾਅਦ ਹੀ ਮਾਜ ਕੱਢਣੀ ਹੁੰਦੀ ਠੀਕ ਹੈ ਠੀਕ ਹੈ ਮਾਸ਼ਾਅੱਲਾ ਜੀ ਮਾਜ ਨੰਬਰ 3 ਬੋਲੀ ਆਈ ਸਾਹਿਬ ਕਲੀਅਰ ਹੋ ਗਈ ਝੋਟੀ ਦੀ ਜੀ ਜੇਰ ਵੀ ਮੁਕੰਮਲ ਹੈ ਅਲਹਮਦੁਲਿਲਾ ਆਈ ਸਾਹਿਬ 16 ਅੰਨੇ ਸਾਫ ਠੀਕ ਹੈ ਹਾਂ ਜੀ ਮਾਜ ਨੰਬਰ 3 ਦੀ ਗੱਲ ਸੁਣ ਆਪਣਾ ਜਵਾਨਾ ਸੋਹਣੀ ਜੀ ਆਈ ਸਾਹਿਬ ਇਹੋ ਜਿਹੀਆਂ ਦਾ ਬੋਲ ਤਾਂ ਲੱਗਦਾ ਤਾਂ 4.5-4 ਦੇ ਸਵਾ 4-4 ਠੀਕ ਹੈ ਲੇਕਿਨ ਸਾਡੇ ਲੋ ਭਰਾ ਜਿਹੜੇ ਭਰਾ ਦੇ ਪਸੰਦ ਆਵੇ ਨਾ ਇੱਕ ਛੋਟਾ ਜਿਹਾ ਤੋਹਫਾ 3,55,000 ਦੀ ਦੇਣੀ ਹੈ 3,55,000 ਦੀ ਲਿਆ ਗਿਆ ਪਰ ਮਾਜ ਨੰਬਰ 4 ਪਿੰਡ ਚੀਚੀਆਂ ਧੁਲਾ ਦੇ ਦਾ ਠੀਕ ਹੈ ਜੀ ਮਾਜ ਨੰਬਰ 4 ਪਿੰਡ ਚੇਚੀਆਂ ਧੁਲਾ ਦੇ ਨਾਲ ਅੱਗੇ ਆ ਗਿਆ ਜੀ ਸ਼ਾਮ ਗੁੱਜਰ ਤਰੀਕ 27 ਵਾਰ ਜੁਮਾ ਮਾਜ ਨੰਬਰ 4 ਕੀ ਸੁਬਾ ਜਵਾਨਾ ਮਜੀ ਦਾ ਦੂਜਾ ਸੁਬਾ ਇਸਾ ਝੋਟੀ ਲਾਇਆ ਮਗਰ ਹੈ ਕੱਟੀ ਜੇ ਠੀਕ ਹੈ ਅੱਜ 15-16 ਦਿਨ ਹੋ ਗਏ ਨੇ ਸੂਈ ਨੂੰ ਜੀ ਜੀ ਤੇ ਝੋਟੀ ਇਹ ਥਣ ਲਾਟੂ ਕਿੰਨੀ ਕਿਲ ਕਹਿੰਦੇ ਨੇ ਭਾਈ ਆਈ ਸਾਹਿਬ ਥਣ ਵੀ ਸੋਹਣਾ ਹੋਵੇ ਦਾ ਚੁਆ ਵੀ ਸੋਹਣਾ ਹੋਵੇ ਦਾ ਫਿਰ ਦੁੱਧ ਤੇ ਆਵੇ ਨਾ ਇਹ ਜਿਹੜੀਆਂ ਦੋ ਬੈਠਾ ਬਾਲਟੀਆਂ ਨਹੀਂ ਕੱਢਣੀਆਂ ਟੈਬਲ ਦੇ ਸਾਹਮਣੇ ਮਾਸ਼ਾਅੱਲਾ ਜੀਵਦਾ ਰਹੋ ਬਾਈ ਖਾਣ ਵੀ ਵੇਖਣਾ ਕਮਾਲੇ ਦਾ ਮਗਰ ਇਹਦੇ ਕੀ ਹੈ ਕੱਟਿਆ ਕੱਟੀ ਭਾਈ ਸਾਹਿਬ ਪਿੱਛੇ ਕੱਟੀ ਕੱਟੀ ਲੋ ਜੀ ਪਹਿਲੇ 4 ਨੰਬਰ ਹੀ ਕੱਟੀਆਂ ਪਹਿਲਾ ਨੰਬਰ 2 ਨੰਬਰ 3 ਨੰਬਰ 4 ਨੰਬਰ ਕੱਟੀਆਂ ਚੂਹਾ ਮਗਰ ਇੱਕ ਹੋਰ ਵੀ ਕੱਟੀ ਆਇਆ ਇੱਕ ਹੋਰ ਵੀ ਆ ਯਾਰ ਆਦੀਆਂ ਤੇਰੇ ਤੇ 5 ਪੰਜਾਂ ਤੇ 12 ਦਾ ਕੀ ਬਾਤ ਹੈ ਸਦਕਾ ਲੋ ਜੀ ਮਾਜ ਨੰਬਰ 4
बकाया गल अपनी मेहनत मजदूरी लेकिन मगर कटी दो मेरी गल नहीं लैनी भरावां नूं दस्सिया समान देनी कि नहीं लेकिन मैं गल कहना तकलीफ करो है माशाल्लाह
चार नब्बे
ਕੀ ਕਿਹਾ ਨਹੀਂ ਗਲਤ ਤੇ ਨਹੀਂ ਕਿਹਾ ਇੱਕ ਵਾਰੀ ਖੁਸ਼ੀ ਨਾਲ ਕਿਹਾ ਆਈ ਸਾਹਿਬ ਖੁਸ਼ੀ ਨਾਲ ਆਈ ਸਾਹਿਬ ਔਰ ਬਨਾਵਟੀ ਗੱਲ ਵੀ ਕਦੇ ਕੀਤੀ ਇਹ ਨਹੀਂ ਕਦੇ ਮੈਂ ਆਖਿਆ ਬਈ ਮਿੱਥਿਆ ਨਹੀਂ ਹੁੰਦਾ ਇਹ ਕਰਨਾ ਇਹ ਕਰਨਾ ਆਈ ਸਾਹਿਬ ਠੀਕ ਹੈ ਗੱਲਾਂ ਤੇ ਉਹ ਨੇ ਜਿਹੜੀਆਂ ਸਾਹਮਣੇ ਆ ਜਾਣ ਆਉਣ ਦੀ ਰਿਕਾਰਡ ਗੱਲ ਇਹ ਮੱਝ ਇਹਨਾਂ ਇੰਝ ਕੱਢ ਕੇ ਨਾ ਇੱਕ ਵਾਰੀ ਮੱਝ ਵਹਾ ਸੜਨੀ ਹੈ ਠੀਕ ਹੈ ਲੋ ਜੀ ਮਾਈ ਨੰਬਰ 9 ਆਈ ਸਾਹਿਬ ਅੱਜ ਦਾ ਦਿਨ ਲੈ ਜਾ ਵੇਖੋ महीने की हां जी आयशा महीने की झोटी सुई है हां 11 किलो दूध होगा झोटी थले ठीक है गारंटी का दूसरा सवाल आया गारंटी का गारंटी चुदा आयशा सही है ते झोटी भरा आयशा देखना नहीं है ओ कई जगह ना ना जिन्हां नु फिर जितना किने किने देते हो वही नहीं है पे जिस दिन है डी देखो उस दिन देखो जा जा ते 11 किलो दूध होगा हां ਜਿਹਦਾ ਦੇਖੇ ਸਾਡੇ ਘਰ ਆ ਤੂੰ ਪੂਰਾ ਕਰ ਲਈ ਆਪਣੇ ਘਰ ਖੜ ਕੇ ਜੀ ਠੀਕ ਹੈ ਤੇ ਭਾਈ ਸਾਹਿਬ ਮਹੀਨੇ ਦੀ ਸੂਈ ਹੈ ਇਹਦਾ ਇੱਕ ਮਿੰਟ ਖਲੋਣ ਇਹਦਾ ਭਾਈ ਸਾਹਿਬ ਜਿਹੜਾ ਆਇਆ ਉਰਲਾ ਥਾਣੇ ਨਾ ਆਇਆ ਠੀਕ ਹੈ ਜੀ ਸੱਜੇ ਪਾਸੇ ਵਾਲਾ ਸੱਜੇ ਪਾਸੇ ਵਾਲਾ ਯਾਰਵੀਂ ਧਾਰ ਨਹੀਂ ਘਟਣ ਲੱਗੀ 10 17 ਥਾਣੇ ਘਟ ਹੋ ਗਿਆ ਠੀਕ ਹੈ ਦੂਜੇ ਨਾਲ ਦੂਜੇ ਨਾਲ ਦੂਜੇ ਨਾਲ ਵੀ ਨਾ ਦੂਜੇ ਨਾਲ ਸਹੀ ਹੈ ਜੀ ਵੇਖੋ ਦਸੀ ਚੰਗੀ ਹੁੰਦੀ ਹੈ ਗੱਲ 10 ਘਾਣਾ ਆਇਸ਼ਾ ਘੱਟ ਹੋਵੇ ਦਾ ਯਾਰ ਵੀ ਘੱਟ ਹੋਈ ਤੇ ਮਾਜ ਦਾ ਰੁਪਈਆ ਇੱਕ ਨਹੀਂ ਕੀ ਮੁੱਲ ਹੈ ਮਾਜ ਦਾ ਇਹ ਆਇਸ਼ਾ ਪੈਸੇ ਨਹੀਂ ਇਹ ਭਰਾਵਾਂ ਦੇ ਠੀਕ ਹੈ ਇਹਨੂੰ ਪਜ਼ਾਨਦਾ ਹੀ ਛੁੱਟਣਾ ਛਦਾਣਾ ਤੋਂ ਨਹੀਂ ਲਾਈਆਂ ਦੀ ਕੋਈ ਦੇ 2 ਲੱਖ 50000 ਆਓ ਜੀ ਭਰਾਵਾਂ ਦੀ ਮਿਹਰਬਾਨੀ ਮੁਹੱਬਤ ਦਾ ਸ਼ੁਕਰੀਆ ਪਹਿਲਾਂ ਵੀ ਦਵਾਈ ਕਰੀ ਬਾਤ ਹੋਏ ਨੇ ਜੁਮੇ ਦੀ ਵੀਡੀਓ ਹੈ ਅੱਲਾ ਪਾਕ ਸਾਰੇ ਹੱਥ ਖੁਸ਼ ਰੱਖੇ ਮੁਲਕ ਪਾਕਿਸਤਾਨ ਦੇ ਪਾਕ ਸਾਹਿਬ ਦੇ ਅੱਲਾ ਪਾਕ ਸਾਹਿਬ ਦੇ ਰੱਖੇ ਰਹਿੰਦੀ ਦੁਨੀਆ ਦਾ ਲਿਖੀਓ ਅੱਲਾ ਸੋਹਣੇ ਦੇ ਬਾਦ ਨਾਲ ਰਹੀ ਆਵਾਜ਼ ਆਵੇ ਤਾਂ ਇਹ ਸਾਰੇ ਕਰਮਨ ਕੋਮ ਜ਼ਿੰਦਾਬਾਦ।